ਅਸੀਂ ਤੇ ਤਗੜੇ ਲੋਕ ਹਾਂ, ਸਾਡੇ ਕੋਲ ਤੇ ਜਨਾਬ ਬਿੰਜ ਦੇ ਬੰਦੇ ਵੀ ਪਏ ਨੇ, ਇੱਕ ਇੱਕ ਬੰਦੇ ਦੀਆਂ ਚਾਰ ਚਾਰ ਕੱਪੜੇ ਦੀਆਂ ਮਿੱਲਾਂ ਨੇ। ਜਦੋਂ ਮਿੱਲਾਂ ਵੱਲ ਵੇਖਣਾ ਤੇ ਲੱਗਦਾ ਬੜਾ ਅਮੀਰ ਹੈ, ਤੇ ਜਦੋਂ ਉਹਦੀ ਬੇਟੀ ਦੇ ਸਿਰ ਤੇ ਦੁਪੱਟਾ ਨਜ਼ਰ ਨਹੀਂ ਆਉਂਦਾ ਲੱਗਦਾ ਜਾਂ ਜ਼ਮਾਨੇ ਦਾ ਸਭ ਤੋਂ ਵੱਡਾ ਫਕੀਰ ਹੈ। ਮਿੱਲਾਂ ਵੱਲ ਵੇਖੀਏ ਤੇ ਲੱਗਦਾ ਬੜਾ ਵੱਡਾ ਦੌਲਤਮੰਦ ਹੈ, ਤੇ ਜਦੋਂ ਵੇਖੀਦਾ ਦੀ ਬਹੂ ਦੇ ਸਿਰ ਉੱਤੇ ਦੁਪੱਟਾ ਕੋਈ ਨਹੀਂ, ਇੰਝ ਲੱਗਦਾ ਬੇਗੈਰਤ ਤੇ ਦਯੂਸ ਹੈ, ਕਮੀਨਾ ਹੈ। ਅੱਲਾ ਅੱਲਾ ਅੱਗ ਲਾ ਕੇ ਸਾਰਾ ਮੈਂ ਤੇਰੀਆਂ ਕੱਪੜੇ ਦੀਆਂ ਚਾਰ ਫੈਕਟਰੀਆਂ ਲਓ, ਜਿਨ੍ਹਾਂ ਫੈਕਟਰੀਆਂ ਵਿੱਚ ਇੰਨਾ ਕੱਪੜਾ ਵੀ ਨਹੀਂ ਬਣਦਾ ਕਿ ਤੇਰੀ ਬੇਟੀ ਦੇ ਸਿਰ 'ਤੇ ਦੁਪੱਟਾ ਦਿੱਤਾ ਜਾਏ, ਤੇਰੀ ਬੀਵੀ ਦੇ ਸਿਰ 'ਤੇ ਦੁਪੱਟਾ ਦਿੱਤਾ ਜਾਏ, ਤੇਰੀ ਅੰਮਾ ਦਾ ਸਿਰ ਕੱਜ ਲਿਆ ਜਾਏ, ਤੇਰੀ ਬਹੂ ਬੇਟੀ ਦੇ ਸਿਰ 'ਤੇ ਦੁਪੱਟਾ ਆ ਜਾਏ। ਕਿਆ ਫਾਇਦਾ ਤੇਰੀਆਂ ਚਾਰ ਕੱਪੜੇ ਦੀਆਂ ਮਿੱਲਾਂ ਦਾ, ਜੋ ਨਾ ਮਿੱਲਾਂ ਦੇ ਵਿੱਚ ਇੰਨਾ ਕੱਪੜਾ ਵੀ ਨਾ ਬਣ ਸਕੇ ਜਿਹਦੇ ਨਾਲ ਤੇਰੀ ਬੇਟੀ ਦਾ ਸਿਰ ਕੱਜਿਆ ਜਾਏ। ਕਿੱਥੇ ਲੈ ਕੇ ਜਾਣੀਆਂ ਹੀ ਕੱਪੜੇ ਦੀਆਂ ਮਿੱਲਾਂ ਜੇ ਆਪਣੀ ਧੀ ਨੂੰ ਕੱਪੜੇ ਹੀ ਨਾ ਪੂਰੇ ਪਵਾ ਸਕਿਆ। ਇਹ ਕੱਪੜਾ ਸਾਰਾ ਬਾਹਰ ਟੁਰ ਗਿਆ, ਘਰੇ ਵੀ ਲੈ ਆਵਿਆ ਕੋਈ ਇੱਕ ਅੱਧਾ ਥਾਨ ਕੱਪੜੇ ਦਾ, ਕੋ ਤੇਰੀਆਂ ਬੇਟੀਆਂ ਨੂੰ ਪਰਦਾ ਨਸੀਬ ਹੋ ਜਾਂਦਾ। ਹਾਏ ਹਾਏ, ਅੱਲਾ ਖੁਆ ਅਕਬਰ ਅੱਲਾ, ਮੈਂ ਕੁਰਬਾਨ ਜਾਵਾਂ। ਗਰੀਬ ਲੋਕ ਨੇ, ਮਦੀਨੇ ਦੇ ਗਰੀਬ ਲੋਕ ਨੇ, ਛੋਟੀਆਂ ਛੋਟੀਆਂ ਟਾਕੀਆਂ ਇਕੱਠੀਆਂ ਕੀਤੀਆਂ, ਸੀਤੀਆਂ ਤਿਆਰ ਕੀਤੀਆਂ, ਔਰ ਤਿਆਰ ਕਰਕੇ ਵੱਡੀਆਂ ਵੱਡੀਆਂ ਚਾਦਰਾਂ ਬਣਾ ਲਈਆਂ, ਵੱਡੀਆਂ ਵੱਡੀਆਂ ਚਾਦਰਾਂ ਬਣਾ ਕੇ ਨਾ ਆਪਣੇ ਜਿਸਮ ਤੇ ਉੜ ਲਈਆਂ। ਲੋਕਾਂ ਆਖਿਆ ਰਾਤੀ ਮਦੀਨੇ ਤੇ ਰਿਆਸਤ ਮਦੀਨਾ 'ਚ ਚਿਰਾਗ ਕਾਥੋਂ ਜਲਦੇ ਰਹਿਣੇ, ਤੇ ਜਵਾਬ ਆਇਆ ਰਿਆਸਤ ਮਦੀਨਾ ਦੀਆਂ ਖਵਾਤੀਨ ਨੇ ਅਹਿਦ ਕਰ ਲਿਆ ਸੀ, ਸੁਬਾ ਵੱਡੀਆਂ ਚਾਦਰਾਂ ਸੀ ਕੇ ਰਿਆਸਤ ਮਦੀਨਾ ਦੀਆਂ ਗਲੀਆਂ ਨਿਕਲਣਾ ਤੇ ਪਰਦਾ ਕਰਕੇ ਨਿਕਲਣਾ ਹੈ। ਜੇ ਰਿਆਸਤ ਮਦੀਨਾ, ਕਦੀ ਰਿਆਸਤ ਮਦੀਨਾ ਦੇ ਚੌਕਾਂ ਦੇ ਵਿੱਚ ਖਲੋ ਕੇ ਲਿਬਰਲ ਅੰਟੀਆਂ ਕਦੀ ਜਲੂਸ ਨਹੀਂ ਸੀ ਕੱਢਿਆ, ਕਦੀ ਬੈਨਰ ਚੁੱਕੇ ਨਹੀਂ ਸੀ ਆਖਿਆ ਹਮੇ ਜੀਨੇ ਦੋ ਤੇ ਮਰੋ ਜੀਓ, ਤੁਹਾਨੂੰ ਅਸੀਂ ਕਦੋਂ ਰੋਕਿਆ। ਕਦੀ ਬੇਗਮਾਤ ਨੇ ਬੈਨਰ ਚੁੱਕ ਕੇ ਨਹੀਂ ਸੀ ਆਖਿਆ ਜਿਸਮ ਵੀ ਮੇਰਾ ਮਰਜ਼ੀ ਵੀ ਮੇਰੀ। ਰਿਆਸਤ ਮਦੀਨਾ ਮੇਂ ਕਭੀ ਜਲੂਸ ਨਹੀਂ ਨਿਕਲੇ ਥੇ ਖਵਾਤੀਨ ਕੇ, ਔਰ ਕਭੀ ਖਵਾਤੀਨ ਰੋਡੋਂ ਪੇ ਆ ਕੇ ਉਹਨੇ ਬੈਨਰ ਨਹੀਂ ਉਠਾਏ ਥੇ, ਤੇ ਬੈਨਰਾਂ ਤੇ ਕੋਈ ਨਹੀਂ ਸੀ ਲਿਖਿਆ ਆਪਣਾ ਨਾਸ਼ਤਾ ਖੁਦ ਬਣਾ ਲੋ। ਅੱਛਾ, ਤੇ ਤੈਨੂੰ ਸ਼ੋਕੇ 'ਚ ਰੱਖ ਦੇਈਏ ਤੇ ਤੇਰਾ ਮਰਤਬਾਨ 'ਚ ਚਾਰ ਹੀ ਪਾ ਦਈਏ, ਰੌਲਾ ਹੀ ਮਕਾਈਏ ਤੇਰਾ। ਤਬਦੀਲੀ ਤੋਂ ਜੀ ਬੰਦੇ ਘਬਰਾਏ ਪੈਣ, ਤਬਦੀਲੀ ਨੇ ਝਟਕੇ ਹੀ ਏਡੇ ਏਡੇ ਵੱਡੇ ਲਾਏ ਨੇ ਵੀ ਅੱਲਾ ਮਾਫ ਕਰੇ। ਅੱਲਾ ਖੁਆ ਜੇ ਰਿਆਸਤ ਮਦੀਨਾ ਹੈ, ਰਿਆਸਤ ਮਦੀਨਾ ਦੀਆਂ ਔਰਤਾਂ ਪਾਬਰਦਾ ਸਨ, ਬਾਪਰਦਾ ਸਨ, ਬਾਪਰਦਾ। ਅੱਲਾ ਮੇਰੇ ਮੁਲਕ ਨੂੰ ਵੀ ਰਿਆਸਤ ਮਦੀਨਾ ਬਣਾਏ, ਅੱਲਾ ਮੇਰੇ ਮੁਲਕ ਅੰਦਰ ਵੀ ਰਿਆਸਤ ਮਦੀਨਾ ਦਾ ਕਾਨੂੰਨ ਬਣਾ ਛੱਡੇ, ਜਿਹੜਾ ਗਰੀਬ ਲਈ, ਆਮ ਲਈ, ਖਾਸ ਲਈ, ਸਭ ਲਈ ਬਰਾਬਰ ਹੋ ਜਾਏ।